एक फिंगर दी ताड़ी मारो, रोक दे क्यों, जान नहीं हैगी, रोटी नहीं खांदे। थ्री, वेरी गुड वेरी गुड वेरी गुड। फोर, हाय 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 हाय, बल्ले बल्ले बल्ले। जे कनेक्टर सौं गया ना, कहे दी टिकट नहीं कटदी, ड्राइवर सौं गया ना। एच जे आए, आए, वेरी गुड, एक्यूरेट आंसर हैगा आए। मुमकिन को ना मुमकिन कर दे, देखो जादूगर हाथ खड़े करा मैंने। बी हुण करावा, ए ए, वेरी गुड। एक गल याद रखियो, जेडियां चीजां नूं कई बार असीं ना तरस रहे हुंने आ वी हे रब्बा मेरी झोली च पा दे, ਕਿਸੇ ਇੱਕ ਟਾਈਮ ਤੇ ਆ ਕੇ ਅਸੀਂ ਰੱਬ ਦਾ ਸ਼ੁਕਰ ਕਰਦੇ ਵੀ ਰੱਬਾ ਸ਼ੁਕਰ ਹੈ ਤੂੰ ਦਿੱਤਾ ਨਹੀਂ ਹੋਏ ਨਹੀਂ ਮਰ ਜਾਂਦੇ। ਜਿੱਦੇ ਸ਼ਿਪ ਜਾਣਾ ਸੀ ਉਹ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਕੁੱਤੇ ਨੇ, ਇੱਕ ਡੌਗੀ ਨੇ ਉਹਨਾਂ ਦੀ ਛੋਟੀ ਕੁੜੀ ਦੇ ਦੰਦੀ ਵੱਢ ਲਈ। ਜੇ ਮੈਂ ਤੈਨੂੰ ਗੱਲ ਕਹਿੰਦਾ, ਭਾਵੇਂ ਲੱਖ ਜੀ ਵਾਲਿਆਂ ਨਾਲ ਗਲਤ ਜਾਵੇ, ਭਾਵੇਂ ਜੇ ਵਾਲਿਆਂ ਨਾਲ ਗਲਤ ਜਾਵੇ, ਇਹ ਉਹਨਾਂ ਤੋਂ ਬਹੁਤ ਚੰਗੇ ਨੇ ਜਿਨ੍ਹਾਂ ਨੇ ਆਂਸਰ ਨਹੀਂ ਲਾਇਆ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਆਈਐਲਸ ਦਾ ਜੋ ਲੈਕਚਰ ਹੈਗਾ, ਇਹਦੇ 'ਚ ਮੈਂ ਤੁਹਾਨੂੰ ਪੜ੍ਹਾਊਂਗਾ ਫਿਲ ਇਨ ਦਾ ਬਲੈਂਕ ਵਿਦ ਆਪਸ਼ਨਸ, ਫਿਲ ਇਨ ਦਾ ਬਲੈਂਕ ਵਿਦ ਆਪਸ਼ਨਸ ਹੈ। ਇਹਦੇ 'ਚ ਨਾ ਇੱਕ ਪ੍ਰੋਬਲਮ ਆਉਂਦੀ ਹੈ, ਬਹੁਤ ਸਾਰੇ ਬੱਚੇ ਇਸ ਚੀਜ਼ ਦੇ ਵਿੱਚ ਉਹ ਆਪਣਾ ਸਕੋਰ ਹੈ ਜਿਹੜਾ ਉਹ ਬਹੁਤ ਡਾਊਨ ਕਰ ਜਾਂਦੇ ਆ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹ ਪੋਸੀਬਲ ਹੀ ਨਹੀਂ ਹੈਗਾ ਸੋਲਵ ਹੋਣਾ। ਮੈਂ ਤੁਹਾਨੂੰ ਬੜੇ ਕਮਾਲ ਦਾ ਸਿਖਾਊਂਗਾ, ਜਿੰਨਾ ਟਾਈਮ ਪੜ੍ਹਾਊਂਗਾ ਹਰੇਕ ਸਟੂਡੈਂਟ ਨੂੰ ਇਹ ਫੀਲ ਹੋਊਗਾ ਵੀ ਰਮਨ ਬਸ ਇਹ ਚਾਹੀਦਾ ਸੀਗਾ, ਕਿਉਂਕਿ ਔਨ ਦਾ ਡੇਲੀ ਬੇਸਿਸ ਮੈਂ ਟਰਾਈ ਕਰਦਾ ਕਿ ਮੈਂ ਤੁਹਾਨੂੰ ਨਵੀਂ ਤੋਂ ਨਵੀਂ ਟੈਕਨੀਕ ਸਿਖਾਵਾਂ। ਕੱਲ੍ਹ ਆਪਾਂ ਟਰੂ ਫਾਲਸ ਦੇਖੇ ਸੀਗੇ, ਪਰ ਦੇਖੋ ਮੈਨੂੰ ਕਿਹੜੇ ਸੀ, ਕੱਲ੍ਹ ਕੀ ਸੀਗਾ ਆਪਣਾ ਟੋਪਿਕ ਸੀ, ਸੋਰੀ ਆਈਡੀਅਲ ਸਿਟੀ ਹੈਗੇ ਤਾਂ ਟਰੂ ਫਾਲਸ ਸੀ। ਕਿਆ ਬਾਤ ਹੈ ਯਾਰ, ਟਰੂ ਫਾਲਸ ਪੜ੍ਹਾਈ ਸੀ ਕੱਲ੍ਹ। ਹਾਂ ਜੇ ਇੱਕ ਫਿੰਗਰ ਨੂੰ ਤਾੜੀ ਮਾਰੀਓ, ਇੱਕ ਫਿੰਗਰ ਨਾਲ ਮਾਰੀਓ ਜਦੋਂ ਤੱਕ ਰੋਕਦਾ ਨਹੀਂ, ਇੱਕ ਫਿੰਗਰ ਨਾਲ, ਸਾਊਂਡ ਹੀ ਨਹੀਂ ਹੈਗੇ, ਇੱਕ ਫਿੰਗਰ ਦੀ ਤਾੜੀ ਮਾਰੋ, ਰੋਕਦੇ ਕਿਉਂ, ਜਾਨ ਨਹੀਂ ਹੈਗੀ, ਰੋਟੀ ਨਹੀਂ ਖਾਂਦੇ। ਹਾਂ ਭਾਈ ਮਾਰ ਤਾੜੀ, ਮਾਰ ਤਾੜੀ, ਹਾਂ ਟੂ ਫਿੰਗਰ ਪੈ ਗਏ ਗੜੇ, ਦੇਖਾ ਰੋਕਦਾ ਨਹੀਂ, ਰੁਕ ਚਲੋ ਨੀਂਦ ਡਾਊਂਗਾ ਤੁਹਾਡੀ। ਥ੍ਰੀ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਫੋਰ, ਹਾਏ 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 ਹਾਏ, ਬੱਲੇ ਬੱਲੇ ਬੱਲੇ, ਗਿੱਧਾ ਪਾਰ ਗਏ ਜਾ ਕੇ, ਚੱਲ 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 ਚੱਲ, ਸੁੱਤੇ ਪਏ ਸੀ ਨਾ ਥੋੜ੍ਹੇ ਠਾਏ ਹੋ ਗਏ, ਹੈ ਨਾ, ਸੁੱਤੇ ਆ ਤੂੰ ਜਾਗ ਬੰਦੇ ਆ, ਜੇ ਖਸਮੋ ਜਾਗੋਗੇ ਨਹੀਂ ਤੁਹਾਨੂੰ ਪੜ੍ਹਾਉਣ ਦਾ ਫਿਰ ਮਜ਼ਾ ਵੀ ਨਹੀਂ ਆਉਣਾ ਹੈਗਾ। ਮੈਨੂੰ ਪਤਾ ਲੰਚ ਤੋਂ ਬਾਅਦ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਰ ਇਹ ਵੀ ਗੱਲ ਤਾਂ ਯਾਦ ਰੱਖੋ ਨਾ, ਡਰਾਈਵਰ ਦੇ ਲਿਖਿਆ ਨਹੀਂ ਹੁੰਦਾ ਬੱਸ 'ਚ ਵੀ ਇੱਕ ਤਿੰਨ ਸੀਟ 'ਤੇ ਸੋਨਾ ਮਨ ਹੈ। ਯਾਦ ਰੱਖੀਓ ਜੇ ਕਨੈਕਟਰ ਸੌਂ ਗਿਆ ਕਿਸੇ ਦੀ ਟਿਕਟ ਨਹੀਂ ਕੱਟਦੀ, ਜੇ ਕਨੈਕਟਰ ਸੌਂ ਗਿਆ ਨਾ ਕਿਸੇ ਦੀ ਟਿਕਟ ਨਹੀਂ ਕੱਟਦੀ, ਡਰਾਈਵਰ ਸੌਂ ਗਿਆ ਨਾ ਬਸ ਆਹ ਪੱਖੇ ਬੰਦ ਕਰ ਲਓ, ਡਰਾਈਵਰ ਸੌਂ ਗਿਆ ਸਾਰਿਆਂ ਦੀ ਕੱਟ ਜੂਗੀ ਖਸਮ। ਹੁਣ ਮੈਂ ਤੁਹਾਨੂੰ ਪੜ੍ਹਾਉਣ ਦਾ ਸਿਸਟਮ ਦਿਖਾਉਂਦਾ ਮੈਂ ਕੀ ਹੈ। ਕੱਲ ਪੜ੍ਹਾਈ ਸੀ ਟਰੂ ਫਾਲਸ, ਅੱਜ ਪੜ੍ਹਾਊਂਗਾ ਫਿਲ ਇਨ ਦਾ ਬਲੈਂਕ ਵਿਦ ਆਪਸ਼ਨ। ਤੇ ਕਲਾਸ ਨੂੰ ਇੰਟਰਸਟਿੰਗ ਬਣਾਉਣ ਦੇ ਲਈ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਸੁਣਾਉਣਾ, ਦੋ ਤਿੰਨ ਮਿੰਟ 'ਚ ਆਪਾਂ ਫਿਨਿਸ਼ ਕਰਾਂਗੇ। ਆਪਾਂ ਨਾ ਸ਼ੁਰੂ 'ਚ ਛੋਟੇ ਹੁੰਦੇ ਤੋਂ ਇਹ ਗੱਲ ਸੁਣੀ ਹੋਈ ਸੀ ਕਿ ਰੱਬ ਜੋ ਕਰਦਾ ਚੰਗੇ ਲਈ ਕਰਦਾ। ਸ਼ਾਇਦ ਇੱਕ ਟਾਈਮ 'ਤੇ ਸਾਨੂੰ ਇਹ ਲੱਗ ਸਕਦਾ ਵੀ ਮੇਰਾ ਬਹੁਤ ਜ਼ਿਆਦਾ ਨੁਕਸਾਨ ਕਰਾਤਾ ਰੱਬ ਨੇ, ਸ਼ਾਇਦ ਰੱਬ ਦਾ ਬਹੁਤ ਬੁਰਾ ਹੈ, ਪਰ ਇਹ ਗੱਲ ਤੁਹਾਨੂੰ ਮਹਿਸੂਸ ਹੋਣੀ ਚਾਹੀਦੀ ਹੈ ਕਿ ਜੋ ਵੀ ਡਿਸੀਜ਼ਨਸ ਗੋਡ ਦੇ ਹੁੰਦੇ ਆ, ਜੋ ਵੀ ਡਿਸੀਜ਼ਨ ਰੱਬ ਲੈਂਦਾ ਹੈ ਨਾ,
एक टाइम ते आके एक गल याद रखियो, जिहड़ियां चीजां नूं कई बार असीं ना तरस रहे हुंदे आ वी हे रब्बा मेरी झोली च पा दे, किसे एक टाइम ते आके असीं रब दा शुक्र करदे वी रब्बा शुक्र है तू दित्ता नहीं होए नहीं मर जांदे। बहुत जगह ते अक्सर ये चीजां देखण नूं मिलदियां ने। कहिंदा एक फैमिली सी, फैमिली पंज जने सी, हसबेंड वाइफ ते तीन बच्चे। फैमिली दे विच हसबेंड वाइफ ते तीन बच्चे सीगे, ते उन्हां टाइमां दे विच शिप जिहड़ा समुंदरी जहाज हुंदा है उहदे च जाण दा क्रेज बहुत सीगा लोकां दा। उहनां दे शहर दे विच पहली बार शिप चलना सीगा, ते जिहड़ा हसबेंड सी ना उहदे दिमाग च बहुत वड्डा क्रेज सीगा वी मैं अपनी फैमिली दे नाल इस शिप दे विच बैठना है। उहनां ने की करिया, पैसे पूसे है नहीं सी, घर बेचता आपदा। क्रेज देखो किन्ना वड्डा वी एक बार जिंदगी च शिप च बैठना हैगा, पैसे है नहीं, घर बेचता, पंज टिकटां ले लिया, घर बेच के जिदे शिप जाना सी ओ तो एक हफ्ता पहला एक कुत्ते ने, एक डॉगी ने उन्हां दी छोटी कुड़ी दे दंदी वड ली। डॉक्टर दे लै गए, डॉक्टर कहिंदा जी ये तां बहुत सीवियर हैगा केस, इन्नी छेती ठीक होण वाला नहीं हैगा। ਉਹ ਕਹਿੰਦੇ ਸੀਵੀਅਰ ਕੇਸ ਹੈ, ਇੰਨੀ ਛੇਤੀ ਠੀਕ ਹੋਣ ਵਾਲਾ ਨਹੀਂ ਹੈਗਾ, ਮਤਲਬ ਕੀ ਹੈ? ਡਾਕਟਰ ਕਹਿੰਦਾ ਵੀ ਘੱਟੋ ਘੱਟ ਮੈਂ ਇੱਕ ਮਹੀਨਾ ਇਹ ਬੱਚੇ ਨੂੰ ਹਸਪਤਾਲ 'ਚ ਰੱਖੂੰਗਾ। ਹਸਬੈਂਡ ਸੋਚ ਰਿਹਾ ਵੀ ਇੱਕ ਮਹੀਨਾ ਰੱਖੇਗਾ, ਸਾਨੇ ਤਾਂ ਘਰ ਵੇਚ ਕੇ ਟਿਕਟਾਂ ਲਈਆਂ ਹੋਈਆਂ ਨੇ। ਲੱਗ ਗਿਆ ਰੱਬ ਨੂੰ ਗਾਲਾਂ ਕੱਢਣ। ਕਹਿੰਦਾ ਹੇ ਰੱਬਾ ਤੂੰ ਕਿਹੜਾ ਪਾਪ ਕਮਾ ਲਿਆ, ਮੈਂ ਤਾਂ ਆਪਦਾ ਘਰ ਵੇਚਿਆ, ਸ਼ਿਪ ਦੀਆਂ ਟਿਕਟਾਂ ਖਰੀਦੀਆਂ ਵੀ ਆਪਣੇ ਬੱਚਿਆਂ ਨਾਲ ਘੁੰਮਣ ਜਾਵਾਂ। ਉੱਤੋਂ ਘਰ ਵਾਲੀ ਕਹਿੰਦੀ ਲਓ ਜੀ ਮੇਰਾ ਵੀ ਕੈਂਸਲ ਹੈ ਸਮਝੋ, ਕਿਉਂਕਿ ਜਦੋਂ ਜਵਾਕ ਮੇਰਾ ਹਸਪਤਾਲ 'ਚ ਹੈ ਮੈਂ ਵੀ ਨਹੀਂ ਜਾਂਦੀ। ਹੁਣ ਉਹ ਹਸਬੈਂਡ ਦੇ ਦਿਮਾਗ 'ਚ ਆ ਰਿਹਾ ਵੀ ਉਹ ਕੁੱਤਾ ਇੱਕ ਵਾਰ ਦਿਖ ਤਾਂ ਜਾਵੇ, ਉਹ ਕੁੱਤੇ ਤੋਂ ਵੱਡਾ ਕੁੱਤਾ ਮੈਂ ਬਣ ਕੇ ਉਹਨੂੰ ਟੱਕਰੂੰਗਾ ਵੀ ਉਹ ਮਿਲ ਕਾ ਤੋਂ, ਕਿਉਂਕਿ ਉਸ ਕੁੱਤੇ ਨੇ ਸਾਰਾ ਟ੍ਰਿਪ ਖਰਾਬ ਕਰਤਾ, ਜੇ ਉਹ ਨਾ ਹੁੰਦਾ ਦੰਦੀ ਨਾ ਵੱਢਦਾ, ਸੁੱਖ ਸ਼ਾਂਤੀ ਨਾਲ ਘੁੰਮਣ ਨਾ ਜਾਂਦੇ। ਕੁੱਤੇ ਨੂੰ ਲੱਭਣ ਦੇ ਲਈ ਐਡਾ ਮੋਟੀ ਸੋਟੀ ਰੱਖੀ ਫਿਰੇ ਵੀ ਜੇ ਕਿਤੇ ਮਿਲ ਗਿਆ ਨਾ ਧਰਮਰਾਜ ਮਿਲਾ ਦਾਂਗੇ ਇਹਨੂੰ। ਲਓ ਜੀ ਇੱਕ ਦਿਨ ਰਹਿ ਗਿਆ ਟ੍ਰਿਪ 'ਚ ਜਾਣ ਦਾ, ਵਿਚਾਰਾ ਰਾਤ ਨੂੰ ਸੈਡ ਹੋਇਆ, ਆਪਣੀ ਵਾਈਫ ਨੂੰ ਕਹਿੰਦਾ ਚੱਲ ਇੱਦਾਂ ਕਰ, ਜਦੋਂ ਹੁਣ ਤੂੰ ਵੀ ਨਹੀਂ ਜਾਂਦੀ, ਆਹ ਛੋਟੀ ਗੁੜੀਆ ਵੀ ਨਹੀਂ ਜਾ ਸਕਦੀ, ਅਸੀਂ ਵੀ ਕੀ ਕਰਾਂਗੇ ਜਾ ਕੇ, ਪਰ ਮੇਰੇ ਨਾਲ ਇੱਕ ਕੰਮ ਕਰ ਦੇਂਗੇ। ਉਹ ਕਹਿੰਦੇ ਕੀ? ਕਹਿੰਦਾ ਜਦੋਂ ਸ਼ਿਪ ਆਪਣੇ ਸ਼ਹਿਰ 'ਚੋਂ ਚੱਲੂਗਾ ਆਪਾਂ ਉਹਨੂੰ ਦੇਖ ਤਾਂ ਸਕਦੇ ਹਾਂ, ਵੀ ਜਦੋਂ ਜਾਊਗਾ ਆਪਾਂ ਨੂੰ ਟਾਟਾ ਬਾਏ ਬਾਏ ਦਾ ਕਰ ਦਾਂਗੇ। ਕਹਿੰਦੀ ਹਾਂ ਚੱਲ ਇੰਨਾ ਕੁ ਕਰ ਲਾਂਗੇ, ਇੰਨਾ ਕੁ ਕਰ ਲਾਂਗੇ, ਕਹਿੰਦੀ ਚੱਲ ਕੋਈ ਨਾ। ਜਦੋਂ ਉਹ ਗਏ ਟਾਟਾ ਬਾਏ ਬਾਏ ਕਰ ਰਹੇ ਨੇ, ਹਾਲੇ ਟਾਟਾ ਕਰਦੇ ਕਰਦੇ ਨਾ ਮਨ 'ਚ ਆ ਰਿਹਾ ਵੀ ਉਹ ਕੁੱਤਾ ਜੇ ਮੈਨੂੰ ਦਿਖ ਜੇ ਨਾ ਉਹ ਕੁੱਤਾ, ਹੈ ਨਾ। ਤੁਸੀਂ ਇਹ ਦੇਖੋ ਕਿ ਰੱਬ 'ਤੇ ਵੀ ਗੁੱਸਾ ਚੜ ਰਿਹਾ, ਉਹ ਕੁੱਤੇ 'ਤੇ ਵੀ ਗੁੱਸਾ ਚੜ ਰਿਹਾ, ਪਰ ਫਿਰ ਵੀ ਮਨ ਭਰ ਕੇ ਵਾਪਸ ਹਸਪਤਾਲ 'ਚ ਆ ਗਏ ਆਪਦੀ ਡਾਕਟਰ ਕੋਲੇ। ਲਓ ਜੀ ਹਲੇ ਸ਼ਿਪ ਚੱਲੇ ਨੂੰ 3 ਘੰਟੇ ਹੋਏ ਸੀ, ਟੀਵੀ 'ਤੇ ਖਬਰ ਆ ਰਹੀ ਹੈ ਵੀ ਫਲਾਣੇ ਸ਼ਹਿਰ 'ਚੋਂ ਚੱਲਿਆ ਹੋਇਆ ਸ਼ਿਪ ਬਹੁਤ ਤੇਜ਼ ਤੂਫਾਨ ਆਉਣ ਦੇ ਕਰਕੇ ਪਲਟ ਗਿਆ, ਅਤੇ ਸਾਰੇ ਯਾਤਰੀ ਧਰਮਰਾਜ ਨੂੰ ਮਿਲ ਗਏ। ਸਾਰੇ ਯਾਤਰੀ ਬੁੜਕ ਗਏ, ਮਨ 'ਚ ਆਇਆ ਹੇ ਰੱਬਾ ਕੁੱਤਾ ਕਿੱਥੇ ਹੈ? ਇੱਕ ਥਾਲੀ ਵਿੱਚ ਧੂਫ ਜੋਤ ਬੱਤੀ ਲਾ ਕੇ ਉਹਦੀ ਆਰਤੀ ਕਰ ਲਾਂ ਮੈਂ, ਕਿਉਂਕਿ ਉਹਦੇ ਇੱਕ ਕੱਟਣ ਦੇ ਨਾਲ ਪਰਿਵਾਰ ਦਾ ਪਰਮਾਤਮਾ ਨੇ ਇਹੋ ਜਿਹਾ ਸਿਸਟਮ ਬਣਾਇਆ ਕਿ ਸਾਰੇ ਰਹਿ ਗਏ। ਉਹਦਾ ਉਹ ਕੱਟਿਆ ਤਾਂ ਠੀਕ ਹੋ ਜਾਊਗਾ, ਅਤੇ ਉਹ ਜਿਹੜੇ ਸਾਰੇ ਉੱਥੇ ਮਰ ਗਏ। ਸ਼ੁਰੂ ਦੇ ਵਿੱਚ ਜਿਹੜੀ ਚੀਜ਼ ਰੱਬ ਵੱਲੋਂ ਕੀਤੀ ਬੁਰੀ ਲੱਗ ਰਹੀ ਸੀਗੀ, ਬਾਅਦ 'ਚੋਂ ਉਹੀ ਕੁੱਤਾ ਕਿੰਨਾ ਚੰਗਾ ਲੱਗਣ ਲੱਗ ਗਿਆ ਹੋਊਗਾ, ਤੁਸੀਂ ਆਪੇ ਸਮਝੋ। ਤਾਂ ਮੈਂ ਤੁਹਾਨੂੰ ਹਮੇਸ਼ਾ ਇਹੀ ਚੀਜ਼ ਸਮਝਾ ਕੇ ਪੜ੍ਹਾਉਂਦਾ ਹੁੰਦਾ ਕਿ ਸਰਕਮਸਟਾਂਸਿਸ ਕਿਵੇਂ ਦੇ ਵੀ ਹੋਣ, ਸਮਝੌਤਾ ਕਰੋ ਉਹਨਾਂ ਨਾਲ। ਜਦੋਂ ਦਿਨ ਚੰਗੇ ਚੱਲ ਰਹੇ ਨੇ ਨਾ, ਜਦੋਂ ਦਿਨ ਚੰਗੇ ਚੱਲ ਰਹੇ ਨੇ, ਪੈਰ ਨਾ ਛੱਡੋ, ਰੱਬ ਨੂੰ ਰੱਬ ਕਹੋ, ਕਿਉਂਕਿ ਰੱਬ ਰੱਬ ਹੈ। ਰੱਬ ਟੱਬ ਨਹੀਂ ਅਤੇ ਟੱਬ ਰੱਬ ਨਹੀਂ, ਕਿਉਂਕਿ ਰੱਬ ਰੱਬ ਹੈ ਅਤੇ ਰੱਬ ਨੂੰ ਰੱਬ ਹੀ ਮੰਨਣਾ ਚਾਹੀਦਾ। ਅਤੇ ਜਦੋਂ ਚੰਗੇ ਦਿਨ ਚੱਲ ਰਹੇ ਹੁੰਦੇ ਆ ਉਦੋਂ ਪੈਰ ਨਹੀਂ ਛੱਡਣੇ ਚਾਹੀਦੇ, ਅਤੇ ਜਦੋਂ ਮਾੜੇ ਦਿਨ ਚੱਲ ਰਹੇ ਹੁੰਦੇ ਆ ਉਦੋਂ ਦਿਲ ਵੀ ਨਹੀਂ ਛੱਡਣਾ ਚਾਹੀਦਾ। ਅੱਜ ਕੱਲ੍ਹ ਮੇਰੇ ਬੜੇ ਮਾੜੇ ਚੱਲ ਰਹੇ ਆ, ਪਰ ਫਿਰ ਵੀ ਮੈਂ ਚੱਲ ਰਿਹਾ ਸਿਸਟਮ, ਠੀਕ ਹੈ। ਚਲੋ ਅੱਜ ਦੀ ਕਲਾਸ ਪੜ੍ਹਾਉਣਾ, ਅਤੇ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਕਿ ਰੱਬ ਜੋ ਕਰਦਾ ਚੰਗੇ ਦੇ ਲਈ ਕਰਦਾ।
ਪਰ ਬੇਨਤੀ ਇਹ ਹੈ ਕਿ ਇਹ ਐਗਜ਼ਾਮਪਲ ਇਕੱਲੀਆਂ ਆਪਦੇ ਤੱਕ ਰੱਖਿਓ, ਕਿਤੇ ਤੁਹਾਡੀ ਮੋਟਰ ਸੜ ਜਾਵੇ ਉਧਰੋਂ, ਬਾਪੂ ਪਸੀਨੋ ਪਸੀਨੀ ਹੋ ਰਿਹਾ ਹੋਵੇ। ਪਾਪਾ ਸਰ ਨੇ ਕਿਹਾ ਸੀ ਉਹ ਕੁੱਤੇ ਵਾਂਗੂ ਸਿਸਟਮ ਚੇਂਜ ਹੋਊਗਾ। ਚਲੋ ਆ ਜਾਓ ਪੜ੍ਹਾਵਾਂ, ਖੁਸ਼ ਰਿਹਾ ਕਰੋ। ਮੇਰੀ ਕਲਾਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਮੋਟੀਵੇਟ ਕਰਕੇ ਪੜ੍ਹਾਵਾਂ। ਤੁਹਾਡਾ ਤਾਂ ਮੋਟਾ ਵੇਟ ਪਹਿਲੀ ਹੈ। ਆ ਕਿਹੜਾ ਹਾਸਾ ਦੇਖਿਓ, ਇਹ ਹਾਸੇ ਤਾਂ ਬਾਜ਼ਾਰ ਚੋਂ ਬੰਦ ਹੋ ਗਏ ਕਦੋਂ ਦੇ। ਟੌਪਿਕ ਦਾ ਨੇਮ ਹੈ ਪੁੱਤਰ, ਦੈਟ ਇਜ਼ ਕਾਲਡ ਅਲਫਰਡ ਵੈਗਨਰ, ਵਟ ਐਵਰ ਐਕਸ ਵਾਈ ਜੈਡ। ਚਾਹੇ ਮੈਨੂੰ ਇਹਦੀ ਪ੍ਰੋਨਾਸੀਏਸ਼ਨ ਆਉਂਦੀ ਹੈ ਨਹੀਂ ਆਉਂਦੀ ਹੈ, ਚਾਹੇ ਮੈਂ ਇਸ ਟੌਪਿਕ ਨੂੰ ਆਪਣੀ ਲਾਈਫ 'ਚ ਕਿਤੇ ਪੜ੍ਹਿਆ ਭਾਵੇਂ ਨਹੀਂ ਪੜ੍ਹਿਆ, ਜੇ ਕੋਈ ਸਟੂਡੈਂਟ ਮੇਰੇ ਤਰੀਕੇ ਨਾਲ ਆਈਐਲਟੀਐਸ ਪੜ੍ਹ ਕੇ ਜਾਊਗਾ, ਆਈਐਲਟੀਐਸ ਐਗਜ਼ਾਮ ਦੇ ਵਿੱਚ ਇੱਕ ਵੀ ਬੱਚਾ ਮੈਨੂੰ ਆਹ ਗੱਲ ਕਹਿ ਦੇ ਵੀ ਰਮਨ ਸਰ ਸਾਡਾ ਪੇਪਰ ਨਹੀਂ ਕਲੀਅਰ ਹੋਇਆ, ਫਿਰ ਮੈਂ ਖੜਾ ਸਾਹਮਣੇ ਵੀ ਮੈਂ ਦੱਸੂੰਗਾ ਵੀ ਕੀ ਪ੍ਰੋਬਲਮ ਸੀ। ਮੈਨੀ ਆਫ ਦਾ ਪੀਪਲ ਜਿਹਨਾਂ ਨੂੰ ਲੱਗਦਾ ਯਾਰ ਸਾਨੂੰ ਨਾ ਰੀਡਿੰਗ ਹੈ ਉਹ 'ਚੋਂ ਸਾਡਾ ਬੈਂਡ ਸਕੋਰ ਡਾਊਨ ਹੋ ਜਾਂਦਾ, ਬਹੁਤ ਦਾ ਰਾਈਟਿੰਗ 'ਚੋਂ ਹੋ ਜਾਂਦਾ ਹੈਗਾ, ਮੈਂ ਤੁਹਾਨੂੰ ਕਮਾਲ ਦੀ ਚੀਜ਼ ਸਿਖਾਉਂਦਾ। ਟੌਪਿਕ ਤੁਹਾਡੇ ਸਾਹਮਣੇ ਆ ਰਿਹਾ ਅਲਫਰਡ ਵੈਗਨਰ, ਸਾਇੰਸ ਐਕਸਪਲੋਰੇਸ਼ਨ ਐਂਡ ਥਿਊਰੀ ਆਫ ਕੰਟੀਨੈਂਟਲ ਡਰਿਫਟ। ਨਹੀਂ ਪਤਾ ਮਤਲਬ ਕੰਟੀਨੈਂਟਲ ਡਰਿਫਟ ਦਾ ਕੋਈ ਚੱਕਰ ਨਹੀਂ, ਐਕਸਪਲੋਰੇਸ਼ਨ ਦਾ ਕੋਈ ਚੱਕਰ ਨਹੀਂ, ਸਾਇੰਸ ਪਤਾ ਕੀ ਹੁੰਦੀ ਹੈ, ਪਰ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਅਲਫਰਡ ਨੋ ਜਿਹੜਾ ਵੀ ਆ ਵੈਗਨਰ ਜੋ ਵੀ ਹੈ ਇੱਕ ਬੰਦਾ ਹੈ, ਇਹਦਾ ਨਾਮ ਹੈ, ਇਹਦੀ ਲਾਈਫ ਸਟੋਰੀ ਦੇ ਕੁਐਸਚਨਸ ਨੇ, ਤੇ ਕੁਐਸਚਨਸ ਕਿਵੇਂ ਦੇ ਨੇ ਬ੍ਰੋ, ਕੁਐਸਚਨਸ ਆਰ ਹੇਅਰ। ਸਾਰਿਆਂ ਨੂੰ ਪਤਾ ਕਿ ਆਈਐਲਟੀਐਸ ਦੇ ਵਿੱਚ ਇਹ ਟਾਈਪ ਯੂਜ਼ਲੀ ਸਾਨੂੰ ਪੇਪਰ 'ਚ ਫੇਸ ਕਰਨੀ ਆਊਗੀ, ਕਿਵੇਂ ਸੋਲਵ ਕਰਨਾ ਹੈ, ਕਿਵੇਂ ਟੈਕਨੀਕ ਨੂੰ ਫੋਲੋ ਕਰਨਾ ਹੈ। ਜੇ ਤੁਸੀਂ ਰਮਨ ਦੀਆਂ ਗੱਲਾਂ ਸੁਣੋਗੇ ਨਾ ਤਾਂ ਤੁਹਾਨੂੰ ਫੀਲ ਕਰਾਊਗਾ ਕਿ ਯਾਰ ਦਿਸ ਇਜ਼ ਕਾਲਡ ਟੀਚਿੰਗ, ਰੀਅਲ ਸਟਾਈਲ ਆਫ ਟੀਚਿੰਗ, ਜਿਹਨੂੰ ਆਪਾਂ ਕਹਿੰਦੇ ਹਾਂ 31 ਤੋਂ ਲੈ ਕੇ 35 ਕੁਐਸਚਨ ਨੇ। ਅਤੇ ਸਭ ਤੋਂ ਬੜੀ ਕਮਾਲ ਦੀ ਇੱਕ ਗੱਲ ਦੱਸਾਂ ਮੈਂ, ਪਹਿਲਾਂ ਇੰਸਟਰਕਸ਼ਨ ਦੇਖੋ ਕੀ ਹੈ, ਰਾਈਟ ਦਾ ਕੁਰੈਕਟ ਲੈਟਰ ਏ ਤੋਂ ਲੈ ਕੇ ਜੇ ਇਨ ਦਾ ਬਾਕਸ 31 to 35 ਕੁਐਸਚਨ ਨੇ, ਮਤਲਬ ਏ ਤੋਂ ਲੈ ਕੇ ਜੇ ਤੱਕ ਸਾਡੇ ਕੋਲ ਆਪਸ਼ਨਸ ਨੇ, ਏ ਬੀ ਸੀ, ਏ ਤੋਂ ਲੈ ਕੇ ਜੇ ਤੱਕ। ਜੇ ਕਿਸੇ ਦਾ ਐਂਸਰ ਮੰਨ ਲਓ ਐਨੀ ਹਾਓ ਕਿਸੇ ਦਾ ਐਂਸਰ ਹੈ ਜਿਹੜਾ ਉਹ ਆ ਗਿਆ ਵਾਸਟ ਰੇਂਜ, ਤੁਸੀਂ ਐਂਸਰ ਕੀ ਲਾਓਗੇ, ਬੀ। ਐਂਸਰ ਇਜ਼ ਨੋਟ ਅ ਵਾਸਟ ਰੇਂਜ, ਐਂਸਰ ਇਜ਼ ਬੀ। ਜੇ ਐਂਸਰ ਆ ਗਿਆ ਬਾਇਓਗ੍ਰਾਫਰ ਪ੍ਰੋਸਪੈਕਟਿਵ, ਕੀ ਐਂਸਰ ਆ ਗਿਆ, ਆਏ, ਕਿਉਂਕਿ ਏ ਤੋਂ ਲੈ ਕੇ ਆਏ ਤੱਕ ਆਪਾਂ ਨੇ ਲਾਉਣੇ ਆ। ਤੇ ਬਹੁਤ ਸਾਰੇ ਬੱਚੇ ਐਂਸਰ ਲੱਭ ਕੇ ਸਭ ਤੋਂ ਵੱਡੀ ਮਿਸਟੇਕ ਕੀ ਕਰਦੇ, ਰਿਸਰਚ ਮੈਥਡ ਐਂਸਰ ਆ ਗਿਆ, ਰਿਸਰਚ ਮੈਥਡ ਦਿੱਤਾ, ਭਾਵੇਂ ਤੁਹਾਡਾ ਐਂਸਰ ਸਹੀ ਹੋਵੇ ਉਹ ਕਹੂਗਾ ਇੰਸਟਰਕਸ਼ਨ ਕਿਉਂ ਨਹੀਂ ਪੜ੍ਹੀ, ਤੇ ਕੰਪਿਊਟਰ ਦੇ ਵਿੱਚ ਫੀਲਿੰਗ ਨਹੀਂ ਹੁੰਦੀ ਹੈਗੀ, ਉਹਨੇ ਨਾਲ ਦੀ ਨਾਲ ਤੁਹਾਡਾ ਗਲਤ ਕਰ ਦੇਣਾ, ਦੈਟਸ ਇਟ। ਸੋਲਵ ਕਰਨ ਦਾ ਤਰੀਕਾ, ਸਭ ਤੋਂ ਟਫ ਕੁਐਸਚਨ, ਸਭ ਤੋਂ ਪਹਿਲਾ ਕੁਐਸਚਨ, ਤੇ ਮੈਨੂੰ ਉਮੀਦ ਹੈ ਕਿ ਸਾਰੇ ਦੇ ਸਾਰੇ ਸਟੂਡੈਂਟ, ਜੇ ਮੈਂ ਤੁਹਾਨੂੰ ਪਹਿਲਾ ਕੁਐਸਚਨ ਕਰਨ ਦੇ ਬਾਰੇ ਕਹਿਦਾ, ਮੈਨੂੰ ਉਮੀਦ ਹੈ ਕਿ ਤੁਹਾਡੇ ਚੋਂ 2 ਜਾਂ 3 ਬੱਚੇ ਸੋਲਵ ਕਰ ਸਕਦੇ ਆ, ਇਹ ਤੋਂ ਵੱਧ ਨਹੀਂ ਮੈਂ ਗਰੰਟੀ ਲੈ ਸਕਦਾ। ਤੁਹਾਨੂੰ ਫੀਲ ਹੋਊਗਾ ਵੀ ਰਮਨ ਸੱਚੀ ਕਹਿ ਰਿਹਾ ਸੀਗਾ, ਆਈਐਲਟੀਐਸ ਇਸ ਲੈਵਲ ਤੇ ਟਫੈਸਟ ਆ ਗਿਆ। ਟੌਪਿਕ ਦੇਖਦੇ ਹਾਂ ਕੀ ਹੈ। ਸਭ ਤੋਂ ਪਹਿਲਾਂ ਨਾ ਇੱਕ, ਜੇ ਕਿਸੇ ਬੱਚੇ ਨੂੰ ਲੱਗਦਾ ਵੀ ਸਰ ਆਹ ਨਾ ਇੱਕ ਚੀਜ਼ ਦਿੱਤੀ ਹੋਈ ਹੈ ਕਿ ਵੈਗਨਰ ਲਾਈਫ ਐਂਡ ਵਰਕ, ਇਹ ਤਾਂ ਫਾਲਤੂ ਦਾ, ਨਹੀਂ 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 ਇਹ ਬਿਲਕੁਲ ਫਾਲਤੂ ਦਾ ਨਹੀਂ ਹੈਗਾ, ਇਹ ਤੁਹਾਨੂੰ ਇੱਕ ਇੱਕ ਕਲੂ ਦਿੱਤਾ ਹੋਇਆ। ਇਹ ਕਲੂ ਦਾ ਮਤਲਬ ਪਤਾ ਕੀ ਹੈ ਕਿ ਜਿਹੜਾ ਪੈਰਾਗ੍ਰਾਫ ਜਿੱਥੇ ਤੁਹਾਨੂੰ ਇਹਦੇ ਵੈਗਨਰ ਦੇ ਲਾਈਫ ਤੇ ਵਰਕ ਦੀਆਂ ਗੱਲਾਂ ਨਾ, ਆਟੋਮੈਟਿਕਲੀ ਹਰੇਕ ਪੈਰਾਗ੍ਰਾਫ ਦੀ ਸਟਾਰਟਿੰਗ 'ਚੋਂ ਦੇਖ ਸਕਦੇ ਹੋ ਤੁਸੀਂ, ਤੁਹਾਨੂੰ ਇਹ ਗੱਲਾਂ ਲੱਭ ਜਾਣਗੀਆਂ। ਤੇ ਕੁਐਸਚਨ ਕਿੰਨਾ ਵੇ 31 ਤਾਂ ਸਟਾਰਟਿੰਗ 'ਚ ਤਾਂ ਹੁੰਦਾ ਨਹੀਂ, ਕਾਹਤੋਂ ਨਹੀਂ ਹੁੰਦਾ, ਕਿਉਂਕਿ ਪੈਸੇਜ 3, 27, 28, 29, 30 ਘੱਟੋ ਘੱਟ 3-4 ਕੁਐਸਚਨ ਤਾਂ ਉੱਪਰ ਲੰਘ ਗਏ। 31st ਕੁਐਸਚਨ ਹੈ, ਫਿਲ ਇਨ ਦਾ ਬਲੈਂਕ ਪਹਿਲੀ ਕੀ ਕਹਿੰਦੀ ਹੈ, ਕਹਿੰਦੇ ਵਨ ਆਫ ਦਾ ਰਿਮਾਰਕੇਬਲ ਥਿੰਗਸ ਅਬਾਊਟ ਵੈਗਨਰ ਫਰੋਮ ਅ ਡੈਸ਼। ਮਤਲਬ ਇੱਕ ਗੱਲ ਬੜੀ ਸਾਫ਼ ਹੈ ਕਿ ਸਭ ਤੋਂ ਜ਼ਿਆਦਾ ਜੇ ਰਿਮਾਰਕੇਬਲ ਥਿੰਗ ਵੈਗਨਰ ਦੀ, ਉਸ ਬੰਦੇ ਦੇ ਬਾਰੇ, ਫਰੋਮ ਅ ਡੈਸ਼ ਇਸ ਦੈਟ ਆਲਦੋ ਹੀ ਪ੍ਰਪੋਜ਼ਡ ਅ ਥਿਉਰੀ ਆਫ ਕੰਟੀਨੈਂਟਲ ਡਰਿਫਟ, ਹੀ ਵਾਜ ਨੋਟ ਅ ਜੋਲੋਜਿਸਟ। ਮੈਨੂੰ ਨਾ ਰਮਨ ਜ਼ਿਆਦਾ ਕੋਈ ਟਰਾਂਸਲੇਸ਼ਨ ਬਹੁਤੀ ਨਹੀਂ ਸਮਝ ਆਈ, ਪਰ ਮੈਨੂੰ ਇੰਨਾ ਕੁ ਸਮਝ ਆ ਗਿਆ ਕਿ ਇਹ ਕਹਿਣਾ ਚਾਹੁੰਦਾ ਹੈਗਾ ਕਿ ਇੱਕ ਰਿਮਾਰਕੇਬਲ ਥਿੰਗ ਵੈਗਨਰ ਦੇ ਬਾਰੇ ਇਸ ਤੋਂ ਪਤਾ ਲੱਗਦੀ ਹੈ।
इस जने तो इस बंदे तो ये तो पता लगती है कि वो बहुत वधिया बंदा सी, रिमार्केबल चीज़ों तो पता लगदियां ने, भावें उहदी जिहड़ी थ्योरी कॉन्टीनेंटल ड्रिफ्ट दी सी ते वो जियोलॉजिस्ट नहीं सीगा। हुण असीं इह देखणा वी किहदे तो पता चलदा है, किहदे तो पता चलदा है। हुण आंसर लभण दे लई कीवर्ड कीवर्ड किहड़े किहड़े ने, सब तो वड्डी जियोलॉजिस्ट, जियोलॉजिस्ट कॉन्टीनेंटल ड्रिफ्ट, ठीक है, वैगनर वो बहुत ज्यादा वधिया सीगा, इह किहदे तो पता चलदा है। चलो देखदे आ इहदे बारे सानू कौन दसदा है कि वह बहुत वधिया सी। हुण मैनूं आंसर चाहिए जियोलॉजिस्ट कॉन्टीनेंटल ड्रिफ्ट ते बस प्रपोज कीती होवे थ्योरी ते बस इह देखणा वी किहदे तो पता लगदा हैगा वी उह बहुत वधिया सीगा। जे तुहानूं मैं स्टार्टिंग तो बाद एक जगह ते एक ना पैराग्राफ लास्ट ते शुरू हो रहा है इत्थे जिथे उहदे ना वैगनर दे लाइफ एंड वर्क नूं दस्या होया है ते सब तो वड्डी गल सानू इह पता लगी कि लाइफ वर्क आ पैराग्राफ साडा क्योंकि ऑब्वियसली 31 सीगा थोड़ा दूर सीगा। इहदी ना पहली लाइन दे विच एक बड़ी कमाल दी चीज़ लिखी हुई है, कहिंदा व्हेन आई स्टार्टड राइटिंग अबाउट वैगनर्स लाइफ, जदों मैं वैगनर दी लाइफ दे बारे लिखना शुरू किया, मतलब लिखना लिखदा कौन है राइटर, जदों कहिंदा मैं वैगनर दी लाइफ दे बारे लिखना शुरू किया उहदे काम बारे लिखना शुरू किया, वन ऑफ द मोस्ट इंट्रीग्यूइंग थिंग रिमार्केबल अबाउट हिम फॉर मी वॉज दैट ऑल्दो ही केम अप विद अ थ्योरी ऑफ कॉन्टीनेंटल ड्रिफ्ट ही वॉज नॉट अ जियोलॉजिस्ट। हुण आपां नूं इह पता लग गया वह जियोलॉजिस्ट भी नहीं हैगा, कॉन्टीनेंटल ड्रिफ्ट की भी गल होगी, उहदे लाइफ दे वर्क की भी गल होगी, इंट्रीग्यूइंग थिंग्स रिमार्केबल थिंग्स, तो यह किहदे तो पता लगियां, तो ऑब्वियसली राइटर तो पता लगियां ना सानू आ सारियां गल्लां, क्योंकि राइटर ने आ गल कही है ना कि वैन आई स्टार्ट राइटिंग अबाउट वैगनर, जदों मैं वैगनर दे बारे लिखना शुरू किया ਤਾਂ ਮੈਨੂੰ ਪਤਾ ਲੱਗਿਆ ਵੀ ਉਹ ਜਿਓਲੋਜਿਸਟ ਨਹੀਂ ਹੈਗਾ। ਹੁਣ ਰਾਈਟਰ ਐਂਸਰ ਕੀ ਹੈ? ਰਾਈਟਰ, ਪਰ ਸਾਨੂੰ ਉੱਥੇ ਰਾਈਟਰ ਤਾਂ ਮਿਲਦਾ ਹੀ ਨਹੀਂ ਹੈਗਾ। ਤੁਸੀਂ ਬੋਲਿਓ ਨਾ, ਪਲੀਜ਼ ਰਿਕੁਐਸਟ ਹੈ, ਕੋਈ ਵੀ ਇੱਕ ਵੀ ਬੱਚਾ ਰਾਈਟਰ ਦਾ ਸਨਨਿਅਮ ਕੀ ਲੱਗਦਾ ਹੈਗਾ? ਜੇ ਚੁੱਪ ਰਹੀ ਹੋ, ਸ਼ਾਂਤੀ, ਜੇ ਮਿਲ ਗਿਆ ਨਾ ਮਜ਼ਾ ਆ ਜੂਗਾ। ਜਿਹੜੇ ਬੰਦੇ ਨੇ ਉਹਦੇ ਬਾਰੇ ਲਿਖਿਆ, ਤੁਸੀਂ ਰਾਈਟਰ ਛੱਡੋ ਭਾਵੇਂ, ਜਦੋਂ ਉਹਨੇ ਕਿਹਾ ਸੀ ਨਾ ਵੈਨ ਆਈ ਸਟਾਰਟ ਰਾਈਟਿੰਗ, ਮੈਂ ਲਿਖਣਾ ਸ਼ੁਰੂ ਕੀਤਾ ਉਹਦੇ ਬਾਰੇ, ਕਿੰਨੇ ਬੱਚੇ ਏ ਕਹਿੰਦੇ ਆ, ਬੀ, ਸੀ, ਡੀ, ਈ, ਐਫ, ਜੀ, ਐਚ, ਜੇ, ਆਏ ਵੈਰੀ ਗੁੱਡ, ਐਕੂਰੇਟ ਐਂਸਰ ਹੈਗਾ ਆਏ। ਆਏ ਬੋਲੇ ਤੋਂ ਤੁਸੀਂ ਜਿੰਨਾ ਆਰਾਮ ਨਾਲ ਦੇਖੋ ਬਾਇਓਗ੍ਰਾਫਰ ਦਾ ਪਰਸਪੈਕਟਿਵ, ਉਹ ਬਾਇਓਗ੍ਰਾਫਰ ਦਾ ਪਰਸਪੈਕਟਿਵ ਦਾ ਮਤਲਬ ਹੈ ਬਾਇਓਗ੍ਰਾਫਰ ਦੋ ਹੁੰਦੇ ਨੇ, ਬਾਇਓਗ੍ਰਾਫਰ ਆਟੋਬਾਇਓਗ੍ਰਾਫਰ, ਮੈਂ ਆਪਣੇ ਬਾਰੇ ਆਪਣੀ ਲਾਈਫ ਦੇ ਬਾਰੇ ਕੁਛ ਵੀ ਲਿਖੂੰਗਾ ਉਹ ਮੇਰੀ ਆਟੋਬਾਇਓਗ੍ਰਾਫੀ ਹੈ, ਮੇਰੇ ਬਾਰੇ ਕੋਈ ਬੰਦਾ ਲਿਖੂਗਾ ਉਹ ਬਾਇਓਗ੍ਰਾਫੀ ਹੈ। ਹੁਣ ਵੈਗਨਰ ਦੇ ਬਾਰੇ ਕਿਸੇ ਨੇ ਲਿਖਿਆ ਉਹਦੀ ਬਾਇਓਗ੍ਰਾਫੀ ਹੈ, ਤਾਂ ਬਾਇਓਗ੍ਰਾਫੀ ਕਿਹਨੇ ਕੀਤੀ? ਇੱਕ ਬਾਇਓਗ੍ਰਾਫਰ ਨੇ। ਹੁਣ ਤੁਸੀਂ ਬਾਕੀ ਚੀਜ਼ਾਂ ਨਾਲ ਮੈਚ ਕਰਕੇ ਦੇਖ ਲਓ, ਮੋਡੈਸਟ ਫੇਮ ਨਹੀਂ, ਵਾਸਟ ਰੇਂਜ ਬਣੀ ਨਹੀਂ ਗੱਲ, ਰਿਕਾਰਡ ਨਹੀਂ, ਪ੍ਰੋਫੈਸ਼ਨਲ ਇੰਟਰਸਟ ਨਹੀਂ, ਹੈਜ਼ਰਡਸ ਨਹੀਂ, ਸਿਲੈਕਟ ਗਰੁੱਪ ਰਿਸਰਚ ਮੈਥਡ ਸਾਇੰਟੀਫਿਕ ਡਿਬੇਟ ਨੈਰੋ ਇਨਵੈਸਟੀਗੇਸ਼ਨ, ਬਾਕੀ ਇੱਕ ਵੀ ਨਹੀਂ ਮੈਚ ਕਰਦਾ ਨਾ। ਇਸ ਕਰਕੇ ਤੇ ਪਹਿਲਾ ਕੁਐਸਚਨ ਨਾ ਸੱਚੀ ਕਹਿੰਦਾ ਬਹੁਤਿਆਂ ਤੋਂ ਨਹੀਂ ਹੋਣਾ ਸੀਗਾ, ਆਪਾਂ ਇੰਨੀ ਸੈਂਸ ਚਾਹੀਦੀ ਆ, ਬਾਕੀ ਅਗਲੇ ਕੁਐਸਚਨ ਨੇ ਕਰ ਲਾਂਗੇ, ਪਰ ਇਹ ਸਭ ਤੋਂ ਟਿਪੀਕਲ ਸੀਗਾ। ਚਲੋ ਅਗਲਾ ਕੁਐਸਚਨ ਦੇਖੀਏ, ਤੇ ਇਹ ਵੀ ਗੱਲ ਯਾਦ ਰੱਖਿਓ ਸਾਰੀ ਗੇਮ ਕੀਵਰਡ ਦੀ ਹੈ, ਜੇ ਕੀਵਰਡ ਆ ਗਏ ਤਾਂ ਪੇਪਰ ਸੋਲਵ ਹੈ, ਜੇ ਨਹੀਂ ਆਏ ਤਾਂ ਨਹੀਂ ਹੈਗਾ। ਹੁਣ ਇੱਕ ਬੜੀ ਕਮਾਲ ਦੀ ਹੋਰ ਗੱਲ ਸਿਖਾਉਣਾ, ਜਿਓਲੋਜਿਸਟ ਤੱਕ ਹੋ ਗਿਆ ਸੀ, ਅਗਲੀ ਲਾਈਨ ਦੇ ਵਿੱਚ ਮੇਰੀ ਫਿਲਨ ਦਾ ਬਲੈਂਕ ਨਹੀਂ ਹੈਗੀ, ਮੈਂ ਨਹੀਂ ਪੜ੍ਹਦਾ, ਆਈ ਰੀਅਲੀ ਡੂ ਨੋਟ ਨੀਡ ਟੂ ਰੀਡ ਦ ਫਿਲਨ ਦਾ ਬਲੈਂਕਸ, ਜਿਹੜੀ ਫਿਲਨ ਦਾ ਬਲੈਂਕ 'ਚ ਪੁੱਤ ਮੇਰਾ
फिल इन द ब्लैंक ही नहीं है कि क्वेश्चन दे विचो लाइन क्यों पढ़ा, अगली लाइन की कहती है हाउएवर एट द टाइम ही प्रपोज्ड हिज थ्योरी ऑफ कॉन्टिनेंटल ड्रिफ्ट इन 1912 कीवर्ड केड़ा मिल गया 1912 मतलब 1912 कोई भी डेट कोई भी ईयर कोई भी नेम ਤੁਹਾਡਾ ਕੀਵਰਡ ਹੈ ਹੁਣ ਆਪਾਂ ਨੂੰ ਇੰਨਾ ਕੁ ਪਤਾ ਲੱਗੇਗਾ ਇੱਕ ਟਾਈਮ ਤੇ ਉਹਨੇ ਪ੍ਰਪੋਜ਼ ਕੀਤਾ ਆਪਣੀ ਥਿਉਰੀ ਕੰਟੀਨੈਂਟਲ ਡ੍ਰਿਫਟ ਨੂੰ 1912 ਦੇ ਵਿੱਚ ਕੰਟੀਨੈਂਟਲ ਡ੍ਰਿਫਟ ਇੱਕ ਵਾਰ ਉਹਨੇ ਵਰਤ ਲਿਆ ਤਾਂ ਕੀਵਰਡ ਮੈਂ ਇਹਨੂੰ ਮੰਨਦਾ ਨਹੀਂ ਹੈਗਾ ਪਰ ਮੈਨੂੰ ਇੰਨਾ ਪਤਾ ਲੱਗਣਾ ਚਾਹੀਦਾ ਵੀ ਉਹਨੇ ਪ੍ਰਪੋਜ਼ ਕਰਤੀ ਹੋਵੇ ਆਪਣੀ ਥਿਉਰੀ 1912 ਚ ਹੀ ਵਾਸ ਆਲਰੇਡੀ ਅ ਪਰਸਨ ਆਫ ਅ ਡੈਸ਼ ਜਦੋਂ 1912 ਦੇ ਵਿੱਚ ਉਹਨੇ ਆਪਣੀ थ्योरी नू 1912 दे विच उन्हें अपनी थ्योरी नू प्रपोज करता कॉन्टीनेंटल ड्रिफ्ट नू ही वॉज अ परसन ऑफ डैश वो केड़ा बंदा सीगा उस टाइम आराम नाल देखो आंसर नू लाउण दे लई कीवर्ड मेरे लिए सब तो वड्डा हैगा 1912 पहला दूजा मैं देखा कि उन्हें अपनी थ्योरी नू प्रपोज किया होवे फिर वो बंदा ऑलरेडी आ सीगा वो बंदा ऑलरेडी कौन सीगा जो मैं ब्रो इनू देखने के लिए आया तो मैंने ना सब तो पहले नंबर से मैं एक चीज कमाल दी मिल गई व्हाट वाज दैट 1912 पहला मिल गया व्हेन ही प्रपोज्ड द थ्योरी ऑफ कॉन्टिनेंटल डिस्प्लेसमेंट इन 1912 उरी तक तो मिल गया आप देखना सीखा भी ही वॉज अ पर्सन ऑफ द जो मर्जी का ही वॉज अ लेक्चरर इन फिजिक्स एंड एस्ट्रोनॉमी एट द यूनिवर्सिटी ऑफ मार्बर्ग इन सदरन जर्मनी वो इस पोजिशन से सीगा हाउ एवर ही वॉज नॉट एन अननोन पर एक गल ये भी याद रखियो वो अननोन बंदा नहीं सीगा अननोन का मतलब है ये नहीं सी उन्हें कोई जानता नहीं सीगा उन्हें सारे जानते सी जदों उन्हें अपनी थ्योरी 1912 दे विच कॉन्टीनेंटल डिस्प्लेसमेंट दिती प्रपोज करती वो की सीगा वो लैक्चरर सी फिजिक्स का तो ये गल कहना याद रखियो वो अननोन बंदा नहीं सीगा हुण जे अननोन बंदा भी जिन्हों कहिंदे भी कोई जानता नहीं सी वो नहीं सीगा बोलियो ना आंसर लगता की है देखो बोलियो ना बस काटो काटो आए नहीं आता जे एफ डी जी ई ई मुमकिन को ना मुमकिन कर दे देखो जादूगर हाथ खड़े करा मैंने बी कोई नहीं एक मिनट हुण हुण के देखिए सी जादू नहीं काम कर रहा हुण करावा ए ए वेरी गुड एक्यूरेट आंसर केड़ा ए मॉडेस्ट फेम ओ प्रधान मेनू नहीं पता मॉडेस्ट की हुंदा पर फेम तो पता है वो बंदा अननोन नहीं सीगा अननोन की होंगे जिन्हों कोई जानता ना हो मतलब उन तो सारे जानते सीगे मतलब साफ है तुसी ये देखो कि आंसर लभण दे लई की किया 1912 ते गया कुछ नहीं करया मैनू देखिया प्रपोज करती उन्हें थ्योरी तो बंदा केड़ा सीगा दैट्स इट तुसी ये देखो कि कीवर्ड किड्डी वड्डी गेम है तो मैं कॉन्टीनेंटल जिहड़ा ड्रिफ्ट इनू कीवर्ड मन्निया नहीं सीगा ये गल याद रखियो क्योंकि कीवर्ड एक बार पहला यूज हो गया IELTS दे विच कीवर्ड इज लाइक एन OTP वन टाइम पासवर्ड OTP बस ये अभी एक बार जिहड़ा यूज हो गया दैट्स इट ऑस्ट्रेलिया वाले ने शराब पी के गिलास उपर मरिया गिलास से गोली मरी कहना साढ़े गिलासा की कमी नहीं एक बार जी जब पी ली दोबारे उस गिलास च पीती नहीं हैगी स्पेन वाले ने की करया भुजिया डोंगा उत्ते मरिया गोली मारी कहना जिहड़े डोंगे च एक बार भुजिया खा ली दोबारे उहदे नाल खादी नहीं क्योंकि साढ़े डोंगे की कमी नहीं पंजाबी ने ला के पैग सामने वाले बंदे दे गोली मारी कहना एक बार जिहदे नाल पीली पीली कहना बंदे नहीं साढ़े भी कमी नहीं हैगी चलो आ जाओ अगला क्वेश्चन देखते हैं कि कहता
ਕਹਿੰਦਾ 6 ਇਅਰਸ ਪ੍ਰੀਵੀਅਸਲੀ ਮੈਨੂੰ ਇਹ ਦੱਸਿਓ 1912 ਦੇ 6 ਸਾਲ ਪਹਿਲਾਂ ਕੀ ਹੋ ਗਿਆ ਕਹਿੰਦਾ 1900 ਫਿਰ ਠੀਕ ਹੈ ਬੋਲਦੇ ਕਿਉਂ ਨਹੀਂ 6 ਇਅਰ ਪ੍ਰੀਵੀਅਸਲੀ ਦਾ ਮਤਲਬ ਹੈ 6 ਸਾਲ ਪਹਿਲਾਂ ਪੋਲੇ ਛੂਰੀਆਂ ਨਾ ਖਵਾਦਾ 6 ਸਾਲ ਪਹਿਲਾਂ ਕੀ ਹੁੰਦਾ ਹੈ ਦੇਅਰ ਹੈਡ ਬੀਨ ਹਿਜ਼ ਡੈਸ਼ ਆਫ 52 ਆਵਰਸ ਇਨ ਅ ਹੋਟ ਏਅਰ ਬਲੂਨ 6 ਸਾਲ ਪਹਿਲਾਂ ਹੀ ਹੈਡ ਬੀਨ ਹਿਜ਼ ਉਹਨੇ ਆਪਣਾ ਆਹ ਚੀਜ਼ 52 ਆਵਰ ਹੋਟ ਏਅਰ ਬੈਲੂਨ ਦੇ ਵਿੱਚ ਕੱਢੇ ਹੁਣ ਆਰਾਮ ਨਾਲ ਦੇਖੋ ਕੀਵਰਡ ਕੀ ਹੈ ਹੋਟ ਏਅਰ ਬੈਲੂਨ ਹੋਰ 52 ਆਰਸ 1906 ਕਿਉਂਕਿ 6 ਸਾਲ ਪਹਿਲਾਂ 52 ਆਵਰਸ ਹੋਟ ਏਅਰ ਬੈਲੂਨ ਉਹਨੇ ਕੀ ਕੀਤਾ ਸੀਗਾ ਆਰਾਮ ਨਾਲ ਦੇਖਿਓ ਤੁਸੀਂ ਆਪ ਕਹੋਗੇ ਵੀ ਸਰ ਜੀ ਅੱਖਾਂ 'ਚ ਅੱਥਰੂ ਆ ਗਏ ਪਹਿਲਾਂ ਦੱਸੋ 1906 ਲੱਭ ਰਹੇ ਯੋ ਰਿਹਾ ਯੋ ਕੀ ਹੈ 6 ਈਅਰ ਪਹਿਲਾਂ ਠੀਕ ਹੈ ਉਸ ਤੋਂ ਬਾਅਦ ਹੋਟ ਏਅਰ ਬਲੂਨ ਆ ਰਿਹਾ 52 ਆਵਰਸ ਆ ਰਿਹਾ ਤੇ ਫੁੱਲ ਸਟਾਪ ਆ ਰਿਹਾ ਪ੍ਰਧਾਨ ਇੱਥੇ ਤੋਂ ਚੱਲਿਆ ਸੋਰੀ 1906 ਦੇ ਵਿੱਚ ਹੀ ਹੈਡ ਸੈਟ ਅ ਵਰਲਡ ਰਿਕਾਰਡ ਉਹਨੇ ਵਰਲਡ ਰਿਕਾਰਡ ਬਣਾਤਾ ਸੀਗਾ ਹੋਟ ਏਅਰ ਬਲੂਨ ਦੇ ਵਿੱਚ 52 ਘੰਟਿਆਂ ਦਾ ਐਂਸਰ ਕੀ ਆ ਗਿਆ ਵਰਲਡ ਰਿਕਾਰਡ ਉਹਨੇ 52 1906 ਦੇ ਵਿੱਚ 52 ਆਵਰਸ ਹੋਟ ਏਅਰ ਬਲੂਨ 'ਚ ਰਹਿ ਕੇ ਉਹਨੇ ਵਰਲਡ ਰਿਕਾਰਡ ਬਣਾਇਆ ਤੇ ਹੁਣ ਬੋਲੀਓ ਨਾ ਕਾਲੇ ਕਾਲੇ ਬੋਲੀਓ ਨਾ ਆਂਸਰ ਵਾ ਕਾ ਲੱਗਦਾ ਹੈ ਬਬੂਆ ਏ ਅੱਛਾ ਬੀ ਡੀ ਸੀ ਵੈਰੀ ਨਾਈਸ ਸੋ ਨਾਈਸ ਐਕੂਰੇਟ ਆਂਸਰ ਸੀ ਕਿਵੇਂ ਆ ਗਿਆ ਪ੍ਰਧਾਨ ਜਦੋਂ ਆਪਾਂ ਵਰਲਡ ਰਿਕਾਰਡ ਬਣਾਉਂਦੇ ਹਾਂ ਦੈਟਸ ਕਾਲਡ ਅ ਰਿਕਾਰਡ ਬ੍ਰੇਕਿੰਗ ਅਚੀਵਮੈਂਟ ਮੈਂ ਤੁਹਾਨੂੰ ਇੱਕ ਗੱਲ ਸਿਖਾ ਰਿਹਾ ਤੁਸੀਂ ਇਹ ਨਾ ਸਮਝੋ ਵੀ ਰਮਨ ਪਤਾ ਨਹੀਂ ਕੀ ਪੜ੍ਹਾ ਰਿਹਾ ਕੀ ਨਹੀਂ ਪਰ ਮੈਨੂੰ ਇੰਨਾ ਕੁ ਪੜ੍ਹਾਉਣਾ ਆਉਂਦਾ ਹੈ ਕੁਐਸਚਨ ਪੜ੍ਹਿਆ ਅੰਡਰਲਾਈਨ ਕਰਿਆ ਜੋ ਜੋ ਚਾਹੀਦਾ ਹੈ ਤੁਹਾਡੇ ਸਾਹਮਣੇ ਲੋਕੇਸ਼ਨ 'ਤੇ ਗਏ ਅਤੇ ਆਂਸਰ ਲੱਭ ਗਿਆ ਦੈਟਸ ਇਟ ਲਾਸਟ 2 ਰਹਿ ਗਏ ਇਹ ਥੋੜ੍ਹਾ ਜਿਹਾ ਟਫ ਹੈ ਕੋਈ ਨਾ ਲੱਭ ਲਾਂਗੇ ਵੀ ਚਿੰਤਾ ਨਹੀਂ ਕਰਨੀ ਵਰਜੀ ਕਿਸੇ ਚੀਜ਼ ਦੀ ਕੁਐਸਚਨ ਲੋਕੇਸ਼ਨ ਲੱਭੂਗੀ ਕਹਿੰਦਾ ਫੋਲੋਡ ਬਾਏ ਹਿਜ਼ ਵੈਲ ਪਬਲਿਸਾਈਡ ਬਟ ਡੈਸ਼ ਆਫ ਗ੍ਰੀਨਲੈਂਡ ਕੋਸਟ ਐਂਸਰ ਲੱਭਣ ਦੇ ਲਈ ਮੈਮ ਕੀਵਰਡ ਦੱਸੋ ਕਿਹੜੇ ਕਿਹੜੇ ਨੇ ਐਕਸਕਿਊਜ਼ ਮੀ ਕੀਵਰਡ ਦੱਸੋ ਇਹਨਾਂ 'ਚੋਂ ਓਕੇ ਵੈਲ ਪਬਲਿਸ਼ਡ ਹੋ ਗਿਆ ਗ੍ਰੀਨਲੈਂਡ ਕੋਸਟ ਹੋ ਗਿਆ ਬਸ ਮੈਨੂੰ ਇਹ ਚਾਹੀਦਾ ਫੋਲੋਡ ਬਾਏ ਵੈਲ ਪਬਲਿਸਾਈਡ ਬਟ ਡੈਸ਼ ਆਫ ਗ੍ਰੀਨਲੈਂਡ ਕੋਸਟ ਮੈਨੂੰ ਐਂਸਰ ਲੱਭਣ ਦੇ ਲਈ ਵੈਲ ਪਬਲਿਸਾਈਡ ਚਾਹੀਦਾ ਗ੍ਰੀਨਲੈਂਡ ਕੋਸਟ ਚਾਹੀਦਾ ਜਾ ਕੇ ਪਤਾ ਲੱਗ ਜਾਊਗਾ ਵੈਲ ਪਬਲਿਸਾਈਡ ਗ੍ਰੀਨਲੈਂਡ ਕੋਸਟ ਬਰੋ ਵੈਲ ਪਬਲਿਸਾਈਡ ਹਾਈਲੀ ਪਬਲਿਸਾਈਡ ਠੀਕ ਹੈ ਗ੍ਰੀਨਲੈਂਡ ਆ ਰਿਹਾ ਬਰੋ ਗ੍ਰੀਨਲੈਂਡ ਸ਼ੁਰੂ ਕਿੱਥੋਂ ਰਹੇਗਾ ਬਿਟਵੀਨ 1906 ਤੇ 1908 ਚ ਹੀ ਹੈਡ ਟੇਕਨ ਪਾਰਟ ਇਨ ਹਾਈਲੀ ਪਬਲਿਸਾਈਡ ਐਂਡ ਐਕਸਟ੍ਰੀਮਲੀ ਕੀ ਹੈ ਉਹ ਡੇਂਜਰਸ ਐਕਸਪੈਡੀਸ਼ਨ ਹੋ ਗਿਆ ਆਫ ਦ ਕੋਸਟ ਆਫ ਨਾਰਥ ਐਸਟ ਗ੍ਰੀਨਲੈਂਡ ਵਟ ਐਵਰ ਮਤਲਬ ਕੋਸਟ ਆਫ ਗ੍ਰੀਨਲੈਂਡ ਦੇ ਵਿੱਚ ਹਾਈਲੀ ਤਾਂ ਵੈਲ ਹੋ ਗਿਆ ਤਾਂ ਉਹਨੂੰ ਐਂਸਰ ਕੀ ਆ ਗਿਆ ਡੇਂਜਰਸ ਐਕਸਪੈਡੀਸ਼ਨ ਤੇ ਡੇਂਜਰਸ ਦਾ ਸਿਨੋਨਿਮ ਹੁੰਦਾ ਹੈਜ਼ਰਡਸ ਜੇ ਕਿਸੇ ਨੂੰ ਪਤਾ ਹੋਵੇ ਆਪਾਂ ਰੀਡਿੰਗ ਵੀ ਕਰਿਆ ਹੋਊਗਾ ਹੈ ਨਾ ਦੈਟ ਇਜ਼ ਕਾਲਡ ਹੈਜ਼ਰਡਸ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਇਹ ਐਂਸਰ ਤੁਹਾਡੇ ਅੱਗੇ ਬਰੋ ਆਉਰੇ ਪਿਆ ਮੈਂ ਨਾ ਅੱਜ ਐਕਸਪੈਕਟੇਸ਼ਨ ਕੱਟਣ ਲੱਗਿਆ ਸੀ ਮੈਨੂੰ ਐਸੇ ਵੀ ਚੱਲ ਥੋੜ੍ਹਾ ਤੁਹਾਨੂੰ ਟਫ ਕਰਦਾ ਪਰ ਫਿਰ ਵੀ ਐਂਸਰ ਤਾਂ ਆਪਾਂ ਨੂੰ ਐਵੇਂ ਲੱਭਣਾ ਸੀਗਾ ਡੇਂਜਰਸ ਦਾ ਜਦੋਂ ਆਪਾਂ ਰਾਈਟਿੰਗ ਟਾਸਕ ਕਰਦੇ ਹਾਂ ਤਾਂ ਉਹ 'ਚ ਹੈਜ਼ਰਡਸ ਜਿਹੜਾ ਸਨਨੇਮ ਆਉਂਦਾ ਹੈਗਾ ਆਪਾਂ ਉਹਨਾਂ ਨੂੰ ਯੂਜ਼ ਕਰੀਏ ਤੁਸੀਂ ਇੱਕ ਛੋਟੀ ਜਿਹੀ ਗੱਲ ਮੇਰੀ ਦਿਮਾਗ 'ਚ ਰੱਖ ਲਓ ਮੈਂ ਜੋ ਵੀ ਪੜ੍ਹਾ ਰਿਹਾ ਤੁਹਾਨੂੰ ਉਹ ਸਾਰੀ ਗੇਮ ਪਲੈਨਿੰਗ ਨਹੀਂ ਹੈ ਕਿ ਕੀਵਰਡ ਦੇ ਸਾਰੇ ਨਹੀਂ ਚੱਲਦਾ ਜੇ ਐਵੇਂ ਚੱਲੋਗੇ ਆਈਐਲਸ ਤਾਂ ਐਂ ਚੁਟਕੀਆਂ ਮਾਰ ਕੇ ਕਰ ਜਾਓਗੇ ਲਾਸਟ ਬਟ ਨਾਟ ਲੀਸਟ ਇਹ ਥੋੜ੍ਹਾ ਔਖਾ ਹੈ ਅਤੇ ਤੁਹਾਡੇ ਲਈ ਛੱਡਦਾ ਉਮੀਦ ਹੈ ਫਿਰ ਹੈ ਨਾ ਮੈਂ ਕੁਛ ਨਹੀਂ 30 ਸੈਕਿੰਡ ਕੁਸ਼ਚਨ ਦਿਖਾਊਂਗਾ 30 ਸੈਕਿੰਡ ਲੋਕੇਸ਼ਨ ਦਿਖਾਊਂਗਾ 30 ਸੈਕਿੰਡ ਆਪਸ਼ਨ ਦਿਖਾਊਂਗਾ ਜਿਹਨੇ ਜਿਹਨੇ ਲੱਭ ਲਿਆ ਆਪਣੇ ਆਪ ਨੂੰ ਪੇਪਰ ਦੇ ਲੈਵਲ ਦਾ ਸਮਝ ਲਿਓ ਠੀਕ ਹੈ ਲਓ ਜੀ ਇਹ ਕੁਸ਼ਚਨ ਦੇਖ ਲਓ ਜੀ 30 ਸੈਕਿੰਡਸ ਯੂ ਹੈਵ
पर मैं नहीं कुछ बोलना चाहता। सोनी साइड तो बच्चे देख नहीं रहा। फिफ्टीन सेकेंड्स कंप्लीट। 20 टाइम ओवर। ठीक है, जो देखना सी उम्मीद है देख लिया होगा। लास्ट आंसर इथे तक लभ लिया सी ते इथे तक पढ़ लो। चलो वन सेकेंड। किन्ने लोग कहने ने बी आंसर हैगा। बी एक भी नहीं कहता हैगा। सी ऑलरेडी हो गया सीगा। जे एफ एफ एक जना एक बॉय होर कोई दो तुसी मैनू ऐसो पहला का तो नहीं एफ खड़ा करे ऐडा छोटा कड़ा वो जजंत्रम मंत्रम फिल्म चल रही है मैं मैंने देखा नहीं होगा। चलो एफ दे किड़े किड़े ने एक दो तीन बच्चे। जी ते एक दो शाबाश आई लव इट शाबाश ये चाहिए ने मैनू क्योंकि इन्हें ना वादे टाइम भी लगाने पैसा। डी 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 फॉर डॉक्टर डी नेड़े तेड़े डी दे कोई उरां परां कुछ ई करो करो चंगी तरह हुण फिर बाद च मानता ले लियो प्लीज ई वाले हाथ खड़े करो पहले देखा चंगी तरह ई एक दो तीन चार पांच छ सात आठ नौ दस जने बस दस ग्यारह। ए दे किन्ने ने बी दे सी दे डी ई ई दे दस सीगे हाथ खड़े करो मैं सारे देखूंगा कि ई हो गया। ठीक है एफ जी जी ते है एच आए जे जे दे भी है हुण बहुते दी गल ये है ना बहुते ने आंसर भी नहीं लाया। जे मैं तैनूं गल कहना भावें लख जी वाले ना गलत जावे भावें जे वाले ना गलत जावे ये उन्हां तो बहुत चंगे ने जिन्हां ने आंसर नहीं लाया। ते मैं ये गल साफ बड़ा क्लीयर बोलना चाहुंना कि जे तुहानू ये लगता भी मैं क्लास च मेरे आंसर लाउण नाल कोई फर्क नहीं तो फर्क पैंदा है। तुहानू ये दसना चाहुंना कि जे तुहाडे च कॉन्फिडेंस बिल्ड होगा तो वह इस जगह तो होगा इस तो बिना किसी जगह तो नहीं होगा। एक्यूरेट आंसर हैगा जिहड़ा वह है विद द पब्लीकेशन ऑफ हिज टैक्सट बुक ऑन थर्मोडायनेमिक्स। सब तो वड्डा वर्ड मिल गया थर्मोडायनेमिक। हुण आपां नूं पता लग गया कि उहदी इक पब्लीकेशन सी टैक्सट बुक दी थर्मोडायनेमिक नूं लैके। ही हैड ऑलसो कम टू द अटेंशन ऑफ डैश ऑफ अ जर्मन साइंटिस्ट। जदों उहदी पब्लीकेशन हो गई टैक्सट बुक दी थर्मोडायनेमिक दी तां उहना अटेंशन च आ गया। ही हैड ऑलसो कम टू द अटेंशन ऑफ डैश जर्मन साइंटिस्ट। जर्मन साइंटिस्ट ने किन्ना दे अटेंशन च आ गया हो तो कीवर्ड सब तो वड्डा की है दैट इज कॉल्ड थर्मोडायनेमिक। जर्मन साइंटिस्ट उन्होंने अटेंशन च आ गया जो मैं देखा ब्रो हेलो जे तुसी निगाह मारोगे
कहना ही हैड ऑल्सो मेड अ नेम फॉर हिमसेल्फ अमंगेस्ट, मतलब उन्हें अपना जो नाम है ना वो बना लिया सीगा स्मॉल सर्कल ऑफ फिजिस्ट जिहड़े हुंदे ने और इन जर्मन, मतलब फिजिस्ट की हुंदे ने साइंटिस्ट, जर्मन दे साइंटिस्ट, उन्हें अपना नाम बना लिया सी, मतलब उन्होंने अटेंशन ले ली सी, की ले ली सी स्मॉल सर्कल दी, छोटे जे सर्कल दी फिजिस्ट जर्मन दी सी जिहड़ी टैक्सट बुक दे जदों उन्हें एक थर्मो जो मर्जी डायनामिक लिखा। एंसर क्या गया? स्मॉल सर्कल, एक्यूरेट आंसर है सिलेक्ट करो स्मॉल सर्कल, छोटा सर्कल सिलेक्टेड जे बंदे ने, सिलेक्टेड ग्रुप, सिलेक्ट ग्रुप की हो गया स्मॉल सर्कल दसना ने मैं। तुसी हुण मन के चलो जे किसी बच्चे ने कहता नैरो इन्वेस्टिगेशन इहदा मतलब की बन गया, नैरो नैरो इन्वेस्टिगेशन दा हो गया इन्वेस्टिगेट करना, हुण नैरो इन्वेस्टिगेशन जोड़ के देखियो ही हैड ऑल्सो कम टू द अटेंशन ऑफ नैरो इन्वेस्टिगेशन ऑफ जर्मन साइंटिस्ट, नहीं जिन्हें बोलिया एफ प्रोफेशनल इंटरेस्ट नहीं। हुण तुसी एक बार इहदे नाल घट्टो घट्ट ई बोल के देखियो ही हैड ऑल्सो कम टू द अटेंशन ऑफ सिलेक्ट ग्रुप ऑफ जर्मन साइंटिस्ट, मतलब सिलेक्ट ग्रुप की हो गया जिहड़े चूजी इधर ने की कहा सीगा। आ देखो सारी चीज सनानियम च उधर जर्मन दे साइंटिस्ट सीगे, आवरे पुत जर्मन दे फिजिस्ट ने गे, तां उन्हें अपना नाम बना लिया ऑलरेडी, ही हैड ऑल्सो मेड अ नेम फॉर हिमसेल्फ, उन्हें अपना नाम बना लिया अमंगेस्ट किन्ना दे स्मॉल सर्कल साइंटिस्ट दे, स्मॉल सर्कल बोले तो सिलेक्ट ग्रुप, तो सिलेक्टेड जे बंदे आपां कहिंदे ना मेरा सर्कल है जिहड़ा बड़ा स्मॉल है, स्मॉल सर्कल का मतलब है भी सिलेक्टेड जे बंदे ने उही नहीं है। हुण तुसीं इन्हां दे एंसर्स किवें लाए, आ जाओ एंसर्स नूं पेपर दे विच करन दा तरीका की है पुत। फस्ट क्वेश्चन सीगा answer was I, ते I आ नहीं पाउनी हैगी, I is that, I, ठीक है। second वो जो ने क्या सी person already A, वो modest fame सी, वो unknown नहीं सीगा। अगले चे 52 hour दा उन्हें record बनाया सी C, अगले चे उन्हें problem सी H, ते अगले चे E, ते accurate answer ने I A C H E, इस तो वधिया तरीके नाल reading नहीं हो सकता। This is really the best ever reading. ते तुसी आ भी नोट करके देखो ना, मैं जिन्ने भी क्वेश्चंस करे आ तुहाडे अगे आ सारे कीवर्ड्स ने, लाइक पहले क्वेश्चन नूं लभाउण दे लई कीने मेरा साथ दित्ता, जियोलॉजिस्ट ने जां कॉन्टीनेंटल ड्रिफ्ट ने। दूजे क्वेश्चन दे विच मेरा साथ दित्ता, उन्हें प्रपोज करिया थ्योरी नूं 1912 ते परसन किहड़ा सी उह। तीजे क्वेश्चन च 52 आवर 6 साल पहला हॉट बलून, अगले च वैल पब्लिसाइड ग्रीनलैंड कोस्ट, ते अगले च जर्मन दे साइंटिस्ट थर्मोडायनामिक जो मर्जी। हरेक क्वेश्चन दा एक आपदा कीवर्ड है, ते इस तो बढ़िया होर कोई सिस्टम नहीं हैगा, मेरा तो इहनूं दी बेस्ट कह सकदा मैं। जे इस तरीके नाल पढ़ के तुसी अपना आयल्स नहीं क्लीयर करिया ना, फिर तुसी जो मर्जी ट्राई कर लियो फिर क्लीयर नहीं होगा। मेरी क्लास च मैं तुहानूं तुक्का नहीं मारदा, जां मैं तुहानूं ये नहीं सिखाउंदा कि किवें तुक्का मार के पेपर देना है, मैं तुहानूं ये सिखाउंदा कि सॉल्व किवें करना ते टैक्नीक नाल। दैट्स इट मेरे वालों इन्ना ही, ते कोई बुरी लगी होवे गल तां माफ करियो, तां ऑनलाइन वाले भी मैं उम्मीद है तुसी बहुत चंगा सीखोगे। दैट्स इट, चंगा लग्या तां कमेंट करके जरूर दस्सियो, लॉट्स ऑफ लव, टेक केयर, थैंक यू सो मच।